ਤਾਂ ਦੇਸੀ ਕੰਮ ਅਸੀਂ ਬਣਾਏ ਸਾਗ। ਹਾਂ ਇੱਕ ਪਾਕਿਸਤਾਨੀ ਸੁਪਰ ਮਾਰਕੀਟ ਤੇ ਅੱਜ ਬਣ ਜਾ ਰਿਹਾ ਜੀ ਫਰੈਸ਼ ਸਾਗ। ਮਤਲਬ ਲੋਕ ਖਾਂਦੇ ਹੋਣੇ, ਇਹੋ ਜਿਹੀ ਗੱਲ ਨਹੀਂ ਵੀ ਦੁਬਈ ਦੇ ਵਿੱਚ ਅਸੀਂ ਯੂਨੀਕ ਕੰਮ ਕੀਤਾ। ਬਈ ਕਾਹਦੀ ਮੰਡੀ ਲਾਈ ਬੈਠਾ ਨੂੰ? ਇਹ ਮੰਡੀ ਆ, ਇਹ ਠੰਡ ਆ ਗਈ, ਠੰਡ ਹੋਣਾ। ਅੱਛਾ ਸੀਜ਼ਨ ਪਤਾ ਕਾਹਦਾ ਚੱਲਣਾ? ਸਰੋਂ ਦੇ ਸਾਗ ਦਾ। ਹਾਏ ਹਾਏ ਫਰੈਸ਼ ਸਰੋਂ ਦਾ ਸਾਗ। ਓਏ ਹੋਏ ਹੋਏ ਐਕਸਾਈਟਮੈਂਟ ਪਤਾ ਕਾਹਦੀ ਆ? ਆਪਾਂ ਬੈਠੇ ਦੁਬਈ ਚ। ਗੱਲ ਇਹ ਆ ਮੇਥੀ, ਹਾਂ ਪਾਲਕ ਆ ਗਈ, ਨਾਲ ਹਰੀਆਂ ਮਿਰਚਾਂ, ਓਏ ਹੋਏ 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 ਫਰੈਸ਼ ਅਦਰਕ ਕੱਟ ਕੇ, ਓਏ ਹੋਏ ਓਏ ਦੇਸੀ ਘਿਓ। ਖਾਣਾ ਲੱਪ ਲੱਪ ਕਰਦਾ ਦੇਖੀ ਤੂੰ। ਗੱਲ ਇਹ ਆ ਇੱਥੇ ਮਿਲਦਾ ਡੱਬਿਆਂ ਵਾਲਾ ਸਾਗ। ਹਾਂ ਆਪਾਂ ਲੱਭਿਆ ਫਰੈਸ਼ ਸਾਗ, ਫਰੈਸ਼। ਤੇ ਹੁਣੇ ਬਣੂਗਾ, ਜਦੋਂ ਬਣੂਗਾ ਤੁਹਾਨੂੰ ਉਦੋਂ ਵੀ ਬਲੌਗ ਕੰਟੀਨਿਊ ਫਿਰ ਦਿਖਾਵਾਂਗੇ ਤੁਹਾਨੂੰ ਪੂਰੀ ਐਨ ਰੈਸਿਪੀ ਘੈਂਟ ਤਰੀਕੇ ਨਾਲ। ਚੱਲ ਬਣਾਉਣਾ ਆਪਾਂ ਤਾਂ ਨਹੀਂ ਹੈਗਾ, ਬਣਾਉਣਾ ਤਾਂ ਬੁੜੀਆਂ ਨੇ, ਲੇਕਿਨ ਅਸੀਂ ਤਾਂ ਆਪਦਾ ਮਤਲਬ ਪ੍ਰੋਟੀਨ ਜੋ ਵੀ ਦੇ ਸਕਦੇ ਆ ਵੀਡੀਓ ਬਣਾ ਕੇ, ਹੈਨਾ। ਹਾਂ ਮੈਂ ਨੇੜਿਓ ਨਹੀਂ ਗਾਮ। ਓਏ ਹੋਏ ਹੋਏ ਜਿਹੜੀ ਚੀਜ਼ ਆਮ ਆ ਪੰਜਾਬ ਚ, ਇੱਥੇ ਕਿਵੇਂ ਬੰਦਾ ਤਰਸ ਜਾਂਦਾ ਹੈ। ਹਾਂ ਸਹੀ ਗੱਲ ਆ। ਆ ਗਈ ਪਾਲਕ, ਮੇਥੀ, ਸਰੋਂ ਦਾ ਸਾਗ। ਇਹ ਕਿੱਥੋਂ ਮਿਲਦਾ ਇਹ ਆਪਾਂ ਵੀਡੀਓ ਦੇ ਐਂਡ ਚ ਦੱਸ ਦੇਣਾ ਸਾਰਿਆਂ ਨੂੰ, ਠੀਕ ਘੈਂਟ ਤਰੀਕੇ ਨਾਲ। ਓਕੇ ਬਾਬਾ ਮੈਂ ਤੁਹਾਨੂੰ ਲੈ ਕੇ ਚੱਲਿਆ ਹੁਣ ਉਹ ਪ੍ਰੋਸੈਸ ਦੇ ਅਧੀਨ ਹੈ। ਤੇ ਤੁਹਾਨੂੰ ਲੱਗ ਪਤਾ ਜਾਣਾ ਵਾ ਉਹ ਬੰਦਾ ਲੱਗਿਆ ਹੋਇਆ। ਆਪਾਂ ਲਾਇਆ ਹੋਇਆ ਅੱਜ ਸਪੈਸ਼ਲ ਮੰਗਾਇਆ, 60 ਰੁਪਏ ਘੰਟਾ। ਮਤਲਬ ਉਹਨੇ 60 ਦਰਾਮ ਇੱਕ ਘੰਟੇ ਦੇ ਲੈਣੇ ਆ, ਸਿਰਫ ਸਾਗ ਚੀਰ ਕੇ ਜਾਣਾ ਉਹਨੇ। ਤੇ ਆਪਾਂ ਤੁਹਾਨੂੰ ਉਹਦੇ ਨਾਲ ਮੁਲਾਕਾਤ ਕਰਵਾਉਣੇ ਆ ਦੁਬਈ ਦੇ ਵਿੱਚ ਸਾਗ ਕਿੱਦਾਂ ਬਣਦਾ, ਉਹ ਵੀ ਫਰੈਸ਼। ਤੁਹਾਡੇ ਕੋਲ ਸਾਗ ਚੀਰਨੀ ਸਾਰਾ ਕੁਝ ਹੋਣਾ ਚਾਹੀਦਾ। ਮੇਰੇ ਲਈ ਪਹਿਲਾਂ ਰੋਟੀ ਦਾ ਇੰਤਜ਼ਾਮ ਕਰਕੇ ਰੱਖੋ, ਮੈਂ ਖਾਣਾ ਖਾ ਕੇ ਫੇਰ ਕੱਟਾਂਗਾ। ਤੇ ਤੁਹਾਨੂੰ ਟਰਾਂਸਪੋਰਟੇਸ਼ਨ ਭਾਈਬੰਦੀ ਕਰਕੇ ਤੁਹਾਨੂੰ ਛੱਡਤਾ ਮੈਂ, ਟਰਾਂਸਪੋਰਟੇਸ਼ਨ ਦਾ ਮਸਟੈਂਗ। ਤੇ ਬਣਾਉਣ ਜਾ ਰਹੇ ਆ ਬਈ ਸਾਗ। ਆਪਾਂ ਸਾਗ ਚੀਰਨੀ ਜਿਵੇਂ ਤੁਸੀਂ ਦੇਖ ਰਹੇ ਹੋ ਹੈ ਨਹੀਂ ਗੀ, ਇੱਥੋਂ ਮਿਲਣੀ ਵੀ ਨਹੀਂ ਸਾਨੂੰ, ਤਾਂ ਦੇਸੀ ਕੰਮ ਅਸੀਂ ਆਏ ਸਾਗ ਚੀਰਦਾ। ਸਹੀ ਆ ਨਾ? ਇਦਾਂ ਬਣੂਗਾ ਫਰੈਸ਼ ਸਾਗ। ਹਾਂ ਤਾਂ ਤੁਹਾਨੂੰ ਗੱਲ ਪਤਾ ਲੱਗ ਗਈ ਹੋਣੀ ਕੀ ਹਿਸਾਬ ਦਾ ਪੈਂਦਾ, ਹਨਾ। ਉਹ ਬੈਠੀ ਆ ਆਫੂ, ਇਹ ਉਹਦਾ ਚਾਚੂ, ਤੇ ਮੈਂ ਆਫੂ ਦਾ ਪਿਓ, ਤੇ ਇਹਦਾ ਵੀ ਪਿਓ ਮੈਂ ਹੀ ਆ, ਹਨਾ। ਤੇ ਆਪਣੇ ਹੁੰਦੀਆਂ ਮਸ਼ੀਨਾਂ ਸਾਗ ਕੁਤਰਨ ਵਾਲੀਆਂ, ਸਾਗ ਚੀਰਨ ਵਾਲੀਆਂ। ਇੱਕ ਤਾਂ ਘੁਮਾ ਕੇ ਉਹ ਬਾਅਦ ਚੋਂ ਆਏ ਸੀ, ਜਿਹੜੀ ਪਹਿਲਾਂ ਹੁੰਦੀਆਂ ਸੀਗੀਆਂ ਉਹ ਪੈਰ ਰੱਖ ਕੇ ਕਰਦੀ, ਬੜੀ ਘੈਂਟ ਹੁੰਦੀ। ਹਾਂ ਪੈਰ ਰੱਖ ਕੇ ਨਾ ਜਿਹੜੀ ਕਰਦੀ ਸੀ ਮੰਮੀ, ਤੇ ਚੱਕ ਕੇ ਨਾ ਫਿਰ ਆਏ ਕੁਤਰਿਆ ਜਾਂਦਾ ਸੀਗਾ ਸਾਗ। ਲੇਕਿਨ ਆਹ ਦੇਖੋ ਮੁੰਡੇ ਦੀ ਕਲਾ ਦੇਖੋ ਤੁਸੀਂ, ਆਪਾਂ ਫਰਕ ਛੱਡੇ ਨਹੀਂ ਭਾਈ, ਮੁੰਡੇ ਦੀ ਕਲਾ ਦੇਖੋ। ਤੇ ਅੱਜ ਬਣ ਜਾ ਰਿਹਾ ਜੀ ਫਰੈਸ਼ ਸਾਗ। ਮਤਲਬ ਲੋਕ ਖਾਂਦੇ ਹੋਣੇ, ਇਹੋ ਜਿਹੀ ਗੱਲ ਨਹੀਂ ਵੀ ਦੁਬਈ ਦੇ ਵਿੱਚ ਅਸੀਂ ਯੂਨੀਕ ਕੰਮ ਕੀਤਾ ਵੀ ਸਾਨੂੰ ਹੀ ਮਿਲਿਆ ਫਰੈਸ਼ ਸਾਗ। ਮੈਂ ਰਾਦਾ ਯਾਰ ਆਪਾਂ ਬੈਚਲਰ ਲਾਈਫ ਵੀ ਕੱਟੀ ਆ ਹੈਨਾ ਦੁਬਈ ਦੇ ਵਿੱਚ, ਤਾਂ ਈਵਨ ਜਦੋਂ ਫੈਮਿਲੀ ਸੀ ਉਦੋਂ ਵੀ ਬਹੁਤ ਟਾਈਮ ਸਾਨੂੰ ਆਹ ਸਾਗ ਨਹੀਂ ਮਿਲਿਆ ਸੀਗਾ। ਹਾਂ ਇਹ ਵਾਲਾ ਤਾਂ ਇੱਥੇ ਕੀ ਆ ਡੱਬੇ ਚ ਬੰਦ ਸਾਗ ਆਉਂਦਾ। ਹਾਂ ਅਸੀਂ ਲਿਆਉਣਾ ਘਰੇ, ਚਾਹੇ ਬੈਚਲਰ ਟਾਈਮ ਚ ਚਾਹੇ ਫੈਮਿਲੀ ਨਾਲ, ਲਿਆ ਕੇ ਤੜਕਾ ਲਾ ਕੇ ਉਹ ਖਾ ਲੈਣਾ ਤੇ ਉਹਦੀ ਫੀਲਿੰਗ ਲੈਣੀ ਫੁੱਲ ਫੀਲਿੰਗ ਲੈ ਲਓ ਤੁਸੀਂ। ਚਲ ਫਿਰ ਟੇਸਟ ਆਉਂਦਾ ਸੀਗਾ, ਮਜ਼ਾ ਆਉਂਦਾ ਸੀ, ਪੰਜਾਬ ਹਲਕਾ ਜਿਹਾ ਟੇਸਟ ਆਉਂਦਾ ਸੀਗਾ। ਬਟ ਹੁਣ ਸਾਨੂੰ ਮਿਲ ਗਿਆ ਇਹ, ਕਾਫੀ ਟਾਈਮ ਤੋਂ 2 ਸਾਲ ਤੋਂ ਆਪਾਂ ਵੈਸੇ ਬਣਾਉਂਦੇ ਆ ਰਹੇ ਹਾਂ ਇਹ 2 ਸਾਲ ਹੋ ਗਏ ਅਸੀਂ ਘਰੇ ਹੀ ਸਾਗ ਬਣਾਉਂਦੇ ਆ। ਤੇ ਪੰਜਾਬ ਵਾਂਗੂ ਇਹ ਨਹੀਂ ਗਾ ਇੱਥੇ। ਇੱਕ ਗੱਲ ਹੋਰ ਆ, ਕੱਲਾ ਸਰਦੀਆਂ 'ਚ ਨਹੀਂ ਮਿਲਦਾ, ਆਲਵੇਜ਼ 12 ਮਹੀਨੇ 30 ਦਿਨ ਸਾਨੂੰ ਸਾਗ ਮਿਲ ਜਾਂਦਾ ਇੱਥੇ। ਹਾਂ ਲੇਕਿਨ ਇਹ ਸੀਜ਼ਨਲ, ਮਤਲਬ ਸੀਜ਼ਨਲ ਅਲੱਗ ਹੁੰਦਾ ਹੈਗੀ ਜੀ, ਤਾਂ ਤੁਹਾਨੂੰ ਜੋ ਮਤਲਬ ਪੰਜਾਬੀਆਂ ਨੂੰ ਉਦੋਂ ਹੀ ਪਸੰਦ ਲੱਗਣਾ ਵਾ, ਹਨਾ। ਤੇ ਲੇਕਿਨ 12 ਮਹੀਨੇ 30 ਦਿਨ ਅਵੇਲੇਬਲ ਆ। 2 ਸਾਲਾਂ ਤੋਂ ਬਣਾਉਂਦੇ ਆ, ਉਹਨੇ ਦੱਸਿਆ ਮੁੰਡੇ ਨੇ। ਲੇਕਿਨ ਇਹ ਸੋਚਿਆ ਵੀ ਕਿਉਂ ਨਾ ਯਾਰ ਇੱਕ ਵਲੌਗ ਬਣਾ ਕੇ ਦੱਸਿਆ ਜਾਵੇ ਕਿ ਯਾਰ ਦੁਬਈ ਦੇ ਵਿੱਚ ਵੀ ਫਰੈਸ਼ ਸਾਗ ਤੁਸੀਂ ਦੇਸੀ ਘਿਓ ਪਾ ਕੇ ਲੁੱਪ ਲੁੱਪ ਕਰਦਾ ਖਾ ਸਕਦੇ ਹੋ। ਸਾਡੇ ਕੋਲ ਹਜੇ ਵੀ ਡੱਬੇ ਵਾਲਾ ਖਾਂਦੇ ਹੋਣਗੇ ਨਾ ਬਾਈ, ਕਈ ਖਾਂਦੇ ਹੋਣੇ ਆ, ਕਈ ਹੋਣਾ, ਕਈਆਂ ਨੂੰ ਨਹੀਂ ਪਤਾ ਹੋਣਾ, ਅੱਧਿਆਂ ਨੂੰ ਪਤਾ ਵੀ ਹੋਊਗਾ, ਹਨਾ। ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਅਗਰ ਤੁਹਾਨੂੰ ਪਤਾ, ਤਾਂ ਐਡਰੈਸ ਮੈਂਸ਼ਨ ਕਰ ਦਿਓ ਕਿੱਥੋਂ ਕਿੱਥੋਂ ਫਰੈਸ਼ साग मिलता दुबई दे विचों असीं जरूर करांगे। मदीनाथ दे विच मिलदा साडे नीयर बाई इत्थे गिसेस दे विच ठीक है। मदीनाथ चों मिलदा हां एक पाकिस्तानी सुपरमार्केट आ हां उहदे चों मिलदा वा ते हुण आपां तुहानूं पूरा दिखा देना किदां साग बनदा आ। हुण साग लग्या चीरन, चीरन तो बाद इहनूं फिर आपां अगले प्रोसेस ते जाणे आ। फिर मेथी आ फिर पालक जिहड़ा सानूं पता नहीं लेकिन साडीਆਂ बुढ़ियां नूं पता ओह बनाउणगीਆਂ ठीक है। ओके बाय। आवाज़ तो थानू पता लगती होनी हुण ते साग तां चीरिया जा रहा वा नाल नाल मेथी डूंगी जा रही है। मतलब हुण पंजाबी नूं पता होना डूंगना की हुंदा। मेथी डूंगी जा रही है वह मैं तुहानूं दिखा दिंदा माहौल है ना। लो जी आप ते उहदी माँ लगी हुई ने मेथी डूंगण, उधर चाचा लग्या होया साग कुतरन, मैं लग्या है ब्लॉगिंग करना है ना ਤਾਂ ਜੋ ਤੁਹਾਨੂੰ ਸਾਰੀ ਚੀਜ਼ ਪ੍ਰੋਸੈਸ ਦੇ ਵਿੱਚ ਮਿਲ ਸਕੇ। ਇਸ ਤੋਂ ਪਾਲਕ ਦਾ ਪ੍ਰੋਸੈਸ ਮੈਨੂੰ ਨਹੀਂ ਪਤਾ ਕਦੋਂ ਪੈਣੀ ਹੈ ਲੇਕਿਨ ਉਹ ਵੀ ਜਦੋਂ ਪੈਣ ਲੱਗੇ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ। ਚੱਲ ਵੀ ਮੱਖਣਾ ਜਲਦੀ ਤੂੰ ਚਾਕੂ ਛੇਤੀ ਚਲਾਓ ਸਲੀਮ। ਕਾਬਲੀਅਤ ਬਹੁਤ ਆ ਮੁੰਡੇ 'ਚ, ਅਸੀਂ ਉਹਨੂੰ ਅੰਡਰ ਐਸਟੀਮੇਟ ਕਰੀ ਬੈਠੇ ਸੀਗੇ। ਇਹ ਸਾਗ ਵੀ ਚੀਰ ਲੈਂਦਾ ਇਹ ਠੀਕ ਹੈ ਜੀ। ਤੁਸੀਂ ਹਜੇ ਮੈਨੂੰ ਸਾਗ ਖਾਂਦੇ ਨੂੰ ਨਹੀਂ ਦੇਖਿਆ। ਬਹੁਤ ਖਾ ਜਾਂਦਾ ਹੈ, ਬਹੁਤ ਖਾ ਜਾਂਦਾ ਨਾਲ। ਮਤਲਬ ਸਾਗ ਪਾਣੀ ਦੀ ਜਗ੍ਹਾ ਘਿਓ ਹੀ ਪੀਂਦਾ ਹੈ ਉਦੋਂ। ਹਾਂ ਬਈ ਘਿਓ, ਘਿਓ ਤੋਂ ਬਿਨਾ ਨਹੀਂ। ਆਹੋ ਉਹ ਫੋਨ ਇੱਧਰ ਕਰਦਾ ਤੂੰ ਸਰ ਇੱਥੇ ਲਿਓ ਜੀ। ਠੀਕ ਹੈ ਠੀਕ ਹੈ ਘਿਓ ਤੋਂ ਬਿਨਾ ਨਹੀਂ ਸਾਗ। ਨਹੀਂ ਨਹੀਂ ਘਿਓ ਮੇਰਾ ਇਹਦਾ ਕੰਬੀਨੇਸ਼ਨ ਪਤਾ ਕੀ ਆ? ਘਿਓ अदरक हाँ, हरी मिर्च हाँ, हाँ बस इन चीजा मैं साग खाण का घ्यो ए तैरता हो सलीम जिमें ना लूस लूस करदा प्रोसैस थोनू पता कि चल रहा है ना। तो साग का लास्ट मतलब पूर रह गया सी, लास्ट गुट्टी रह गई सी जी होने वाली। मैं क्या थोनू दिखा दा कि आप साग अपना हो गया ते हम सब ट्रायल चल रही है। जाकी कट रहा साग चीर लास्ट पूरा इदू बाद सीधा यह जाना चूल्हे पे ठीक है ना। बाकी चलांगे ऑलरेडी ये लास्ट वन आ देखिया होगी खाली क्यों सलीम है। ते हम आप लैके चल रहे थोनू चूल्हे के उत्ते ठीक है। बवास ਇਹਨੂੰ ਕਹਿੰਦੇ ਆ ਬੇਲਣਾ, ਆਪਣੇ ਇੰਡੀਆ ਹੁੰਦੀ ਆ ਘੋਟਣੀ। ਹੁਣ ਤੁਸੀਂ ਸਾਰਿਆਂ ਨੇ ਦੇਖ ਲਿਆ ਮਿੱਤਰੋ ਪਿਆਰਿਓ, ਸਾਗ ਕੋਈ ਨਵੀਂ ਗੱਲ ਨਹੀਂ, ਸਾਰੇ ਪੰਜਾਬੀ ਨੂੰ ਪਤਾ ਕਿਵੇਂ ਬਣਦਾ ਹੈ ਨਾ। ਲੇਕਿਨ ਫਿਰ ਤੁਹਾਨੂੰ ਦੱਸ ਰਿਹਾ ਦੁਬਈ ਦੇ ਵਿੱਚ ਤੁਹਾਨੂੰ ਦੱਸਦੀ ਵੀ ਬਣ ਜਾਂਦਾ ਉਹ ਹੈ ਨਾ। ਤੇ ਸਾਗ ਚਲਾ ਗਿਆ ਆਪਣਾ ਘਰੇ चढ़ता चूल्हिया के उत्ते तौड़िया के उत्ते है ना। लेकिन अपने इतने दुबई के बन रहा साग कुकर के टेस्ट उही आना, वधिया ही बनूगा वधिया घैंट। अजकल तो उत्थे भी पंजाब च भी यही काम चलता कि शॉर्ट तरीके बनाओ साग कुकर के जल्दी बन जाता है ना। तो उही हिसाब आप अपना रहे हैं। पिछली बार बनाया जमा घैंट, आज सैकेंड टाइम बना रहे हैं आ सीजन का सैकेंड टाइम। तो हुण अगला जो प्रोसैस हो वो आप तुहानू दस दिंदे क्यों असलीम है। ਕੀ ਕਰ ਰਿਹਾ ਤੂੰ? ਦੇਖਿਆ ਮੁੰਡਾ ਮਤਲਬ ਚੋਬਰ ਆ ਪੂਰਾ ਐਨ ਘੈਂਟ ਤੇ ਬਣੇ 7 ਮੀਟਰ ਦੀ ਪੱਗ ਬੰਨੀ ਫਿਰਦਾ ਮੁੰਡਾ। ਇਹਦਾ ਦੋ ਦਾ ਸਿਰ ਤੇ ਏਸੀ ਦੀ ਹਵਾ ਵੱਜਦੀ ਹੈ ਸਿੱਧੀ ਇਹਦੇ ਹੈਡ ਪੱਗ ਬੰਨੀ ਆ ਪੱਗ ਸਿਰ ਦੇ ਵਿੱਚ ਤਾਂ ਕਰਕੇ ਛੋਟੀ ਮਿਲੀ ਆ ਤਾਂ ਛੋਟੀ ਬੰਨਦੀ ਨਹੀਂ ਪੱਗ ਦੀ ਤੂੰ ਹਾਈਨ ਕਰ ਰਿਹਾ ਤੂੰ, ਇਹ ਪੱਗ ਨਹੀਂ ਹੈਗੀ ਇਹ ਠੀਕ ਹੈ ਨਾ। ਬਬਾਸ ਤੁਹਾਨੂੰ ਸੜ ਸੜ ਦੀ ਆਵਾਜ਼ ਆਉਂਦੀ ਆ ਸੜ ਸੜ ਦੀ। ਪ੍ਰੋਸੈਸ ਆਪਣਾ ਸਾਗ ਦਾ ਲੱਗਿਆ ਹੋਇਆ ਤੇ ਘੰਟੇ 2 हो गए आ ते तड़का लगन की तैयारी आ। मतलब साग बन गया ऑलरेडी लेकिन जो आप खाना तड़का ला के खाना फिर गलबात बनती है ना। दिखा दिए फिर आप तड़का लाना छोटे घैंट तरीके। लो भी मित्रों आ लगता अपना तड़का ते साग एन पूरा बिल्कुल फिट रेडी तरीके। तड़के तो बाद टेस्ट करांगे आप इनू ते तुहानू फिर दिन्ने फीडबैक किदां दा। साग तो ऑलवेज गोडी बनता हुंदा वा है ना। वाबास मिलता फिर तुहानू माहौल सैट करके एन पूरा दस्तरखान ला के देसी घ्यो पा के फिर कितना तू खान दे अच्छा भी साग रेडी हो गया। साग रेडी हो गया ते अपने कोल आ पिया साग तड़का लग्या होया देसी घ्यो। आबू थोड़ा अगे आओ बेटा मैं दिखाना। तड़का लग गया एन घैंट देसी घ्यो विच लप लप करदा पा लिया उही हरिया मिर्चां अदरक ते नाल रोटी। हम आप करिए घैंट तरीके नाल टेस्ट है ना। चल टेस्ट भी करके रख लीए थोड़ा जिहा टेस्ट करके फिर करांगे आपां ब्लॉग। जल्दी कर फिर मजा नंबर 1 चीज दुबई दे विच फ्रैश साग। ओके भी मित्रों आपां करदे हां ब्लॉग दा एंड। थैंक यू सो मच। खाने रोटियां छोटा ब्लॉग आ तुहानू वधिया लग्या हो तो लाइक ते कमेंट जरूर कर दे। और दुबई वालियां ने कितों लेना होवे आपां नाम जरूर लिख दूंगा मतलब हां वधिया रहूगा। हां थैंक यू सो मच बाय।